It's your boy Cam Zing Zone in the house, baby, with the one and only Manpreet Goni, the IPL superstar player of India's cricket team. Hi, I'm Manpreet Goni. I'm playing for India and IPL also. So, I'm in Cam's school. I'm at the tattoo brand. Let's see what the tattoo is, what design we see. Kar de hai ki tum लाइव ना टीवी पे आओ तो टाइटल शौक है, इस करके मैंने टाइटल बहुत शौक पैगा साढ़े कई का क्रिकेट प्लेयर उन्होंने टाइटल शौक है, लाइक विराट कोहली, शिखर धवन, उन्होंने भी देखूंगे बावा पड़ी हैं, मेरी भी काफ़ी बॉडी पड़ी हुई, मेरे काफ के टैटू, मेरे आम से टैटू, हमने गुलाम बना रहे हैं, वो भी टैटू बनूंगा। तो लाइक क्रेजी है कि क्रिकेट चलो अस खेल ही रहे हैं, लाइक दूजा एक क्रेजी शौक है सू चीज़ का। ਉਹਨਾਂ ਦੇ ਮੈਨੇਜਰ ਦਾ ਅਚਾਨਕ ਮੈਨੂੰ ਫੋਨ ਆਇਆ ਕਿ ਇਜ਼ ਇਟ ਕੈਮ ਜ਼ਿੰਗ ਜ਼ੋਨ, ਇਟਸ ਕੈਮ ਜ਼ਿੰਗ ਜ਼ੋਨ, ਮਨਪ੍ਰੀਤ ਗੋਨੀ ਦੇ ਟੈਟੂ ਕਰਨਾ 2008 ਦੇ ਵਿੱਚ ਜਿਨ੍ਹਾਂ ਨੇ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਜਿੱਤਿਆ ਸੀ ਅਤੇ ਹੁਣ ਇੰਡੀਅਨ ਕ੍ਰਿਕਟ ਟੀਮ ਦਾ ਸੁਪਰਸਟਾਰ ਆ, ਪੰਜਾਬ ਦੇ ਬਹੁਤ ਤਗੜੇ ਪਲੇਅਰ ਆ, ਚੰਡੀਗੜ੍ਹ 'ਚ ਰਹਿੰਦੇ ਆ ਭਾਅ ਜੀ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜੈਪਨੀਜ਼ ਕੋਨਸੈਪਟ ਮੈਨੂੰ ਚਾਹੀਦਾ, ਮੈਂ ਕੋਈ ਗੱਲ ਨਹੀਂ ਭਾਅ ਜੀ, ਉਹਨਾਂ ਨੇ ਮੈਨੂੰ ਆਪਣੇ ਆਈਡੀਆਜ਼ ਭੇਜੇ। मैं तीन टैटू करवा रहे हैं, एक तो मैं ड्रैगन बनवा रहा हूँ, एक बुद्धा बना रहा हूँ, एक लाइक स्कल बना रहे हैं। इंडस्ट्री से आते थे, मैंने हम ये आ कि चलो क्रिकेट टीम के एथलीट बंदा मेरे को टैटू करवाना चाहता, मैं बहुत खुश हूँ, मैं जल्दी से जल्दी अपनी सारी डेट्स अगे पिछे करके उन्होंने एक डेट फाइनल की। ਪਤਾ ਲੱਗਾ ਕਿ ਲਾਈਕ ਆਈ ਵਿਲ ਸਰਚ ਨਾ ਟੈਟੂਜ਼ ਦਾ, ਕਿ ਲਾਈਕ ਮੈਂ ਮਿਆਮੀ 'ਚ ਵੀ ਸੀਗਾ, ਆਈ ਵਿਲ ਸਰਚ ਟੈਟੂ ਸੀ ਹੋਣਾ, ਫਿਰ ਮੈਂ ਸਰਚ ਆਇਆ ਕਿ ਕੈਂਪਸ ਟੈਟੂ, ਅਤੇ ਮੇਰੇ ਦਿਮਾਗ 'ਚ ਵੀ ਗੱਲ ਪਹੁੰਚੀ ਯਾਰ ਨਹੀਂ, ਮੈਂ ਦਿੱਲੀ ਤੋਂ ਵੀ ਟੈਟੂ ਕਰਾਇਆ, ਚੰਡੀਗੜ੍ਹ ਤੋਂ ਵੀ ਟੈਟੂ ਕਰਾਇਆ, ਲਾਈਕ ਮੈਂ ਕਿਹਾ ਨਹੀਂ ਕੈਂਪਸ ਤੋਂ ਵੀ ਕਰਾਉਣਾ ਇੱਕ ਟੈਟੂ। ਯੂਜਲੀ ਯਾਰ ਇਹੀ ਮੈਸੇਜ ਹੈ ਕਿ ਜੇ ਤੁਹਾਨੂੰ ਟੈਟੂ ਸ਼ੌਂਕ ਹੈ ਨਾ, ਲਾਈਕ ਮੈਨੂੰ ਵੀ ਟੈਟੂ ਸ਼ੌਂਕ ਹੈ, ਪਰ ਟੈਟੂ ਉਹ ਕਰੋ ਜਿਸ ਮੀਨਿੰਗ ਹੈਗਾ, ਲਾਈਕ ਠੀਕ ਹੈ ਤੁਹਾਨੂੰ ਸ਼ੌਂਕ ਹੈ ਟੈਟੂ ਦਾ, ਤੁਸੀਂ ਅੱਗੇ ਗੌਰਮੈਂਟ ਜੋਬ ਕਰਨੀ ਹੈ, ਪਰ ਬੀ ਕੇਅਰਫੁਲ ਕਿ ਤੁਸੀਂ ਗੌਰਮੈਂਟ ਜੋਬ ਕਰਨੀ ਤੁਸੀਂ ਟੈਟੂ ਨਹੀਂ ਕਰਵਾ ਸਕਦੇ, ਜੇ ਤੁਹਾਨੂੰ ਸ਼ੌਂਕ ਹੈ ਜੋ ਵੀ ਕਰਾਉਣਾ ਹੈ ਤੁਸੀਂ ਮੀਨਿੰਗ ਵਾਲਾ ਟੈਟੂ ਕਰੋ। ਉਹਨਾਂ ਦਾ ਕੋਨਸੈਪਟ ਬੜਾ ਇੰਟਰਸਟਿੰਗ ਸੀਗਾ, ਜਿੱਦਾਂ ਕਿ ਸਾਡੇ ਸਾਰੇ ਕੋਨਸੈਪਟ ਇੰਟਰਸਟਿੰਗ ਹੀ ਹੁੰਦੇ ਆ, ਬਿਕੋਜ਼ ਆਈ ਐਮ ਅ ਕੈਮ ਜ਼ਿੰਗ ਜ਼ੋਨ। ਅਤੇ ਅੱਛਾ ਉਹਨਾਂ ਦਾ ਕੋਨਸੈਪਟ ਸੀਗਾ ਆਪਾਂ ਕੋਲ, ਉਹਨਾਂ ਨੇ ਜੋ ਵੀ ਉੱਪਰ ਟੈਟੂ ਕਰਵਾਇਆ ਸੀਗਾ ਉਹਨਾਂ ਦਾ ਜੈਪਨੀਜ਼ ਕੋਨਸੈਪਟ ਸੀਗਾ ਕਿ ਆਈ ਐਮ ਲਾਈਕ ਅ ਵਾਰੀਅਰ, ਜਦੋਂ ਮੈਂ ਮੈਦਾਨ 'ਚ ਆਪਣਾ ਬੈਟ ਲੈ ਕੇ ਜਾਂਦਾ ਮੈਨੂੰ ਫੀਲ ਹੁੰਦਾ ਕਿ ਮੈਂ ਇੱਕ ਹਥਿਆਰ ਲੈ ਕੇ ਜਾ ਰਿਹਾ ਜੋ ਕਿ ਮੈਂ ਲੜਨਾ ਆ ਜਾ ਕੇ। ਤਾਂ ਮੈਂ ਜਦੋਂ ਉਹਨਾਂ ਦੀ ਸਟੋਰੀ ਸੁਣ ਰਿਹਾ ਸੀ ਮੈਨੂੰ, ਮੈਂ ਲਾਈਕ ਉਸੇ ਦੁਨੀਆ 'ਚ ਚਲ ਗਿਆ ਸੀ ਕਿ ਹਾਂ ਭਾਅ ਜੀ ਤੁਸੀਂ ਇੱਕ ਗ੍ਰੀਨ ਕਲਰ ਦਾ ਮੈਦਾਨ ਆ ਜਿੱਥੇ ਤੁਸੀਂ ਜਾ ਰਹੇ ਹੋ, ਔਰ ਲਾਈਕ ਦੁਸ਼ਮਣ ਨੇ ਤੁਹਾਡੇ ਅੱਗੇ ਹਮਲਾ ਕਰਨਾ, ਤੁਸੀਂ ਉਹਦਾ ਜਵਾਬ ਦੇਣਾ। ਨਾਲ ਸਾਨੂੰ ਬਹੁਤ ਮਜ਼ਾ ਆਇਆ ਅਤੇ ਉਹਨਾਂ ਨੇ ਮੈਨੂੰ ਆਪਣੀ ਲਾਈਫ ਬਾਰੇ ਬਹੁਤ ਕੁਝ ਦੱਸਿਆ ਕਿ ਕੈਮਸ ਦੇਖ ਮੈਂ ਇੱਦਾਂ ਇੰਡੀਅਨ ਕ੍ਰਿਕਟ ਟੀਮ 'ਚ ਗਿਆ ਸੀ, ਮੇਰਾ ਇੱਦਾਂ ਹੋਇਆ ਸੀ, ਇੱਦਾਂ ਹੋਇਆ ਸੀ, ਐਂਡ ਹੀ ਇਜ਼ ਵੈਰੀ ਗ੍ਰੇਟ ਸੋਲ। ਉਹਨਾਂ ਨੂੰ ਮਿਲ ਕੇ ਲੱਗਿਆ ਹੀ ਨਹੀਂ ਕਿ ਮੈਂ ਐਡੇ ਵੱਡੇ ਬੰਦੇ ਨਾਲ ਗੱਲ ਕਰ ਰਿਹਾ, ਮਿਲ ਰਿਹਾ। ਉਹਨਾਂ ਦਾ ਐਟੀਟਿਊਡ ਟੋਟਲੀ ਚੇਂਜ, ਉਹ ਜਿੱਦਾਂ ਕਿ ਮੇਰਾ ਕੋਈ ਫਰੈਂਡ ਆ, ਕੋਈ ਮੈਨੂੰ ਪੁਰਾਣੇ ਇੱਕ ਵੱਡੇ ਭਾਅ ਜੀ ਮੈਨੂੰ ਸਮਝਾ ਰਿਹਾ ਕਿ ਕੈਮਸ, ਉਹਨਾਂ ਨੇ ਮੈਨੂੰ ਬਹੁਤ ਗੱਲਾਂ ਦੱਸੀਆਂ ਕਿ ਕੈਮਸ ਤੈਨੂੰ ਵੀ ਆਹ ਚੀਜ਼ ਕਰਨੀ ਚਾਹੀਦੀ, ਉਹ ਚੀਜ਼ ਕਰਨੀ ਚਾਹੀਦੀ, ਪਰ ਉਹ ਥੋੜ੍ਹੀ ਪਰਸਨਲ ਆ, ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਅਤੇ ਉਹ ਜੇ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਮੈਨੂੰ ਸਨੈਪਚੈਟ ਕਰੋ ਕੈਮ ਜ਼ਿੰਗ ਜ਼ੋਨ, ਐਂਡ ਫੋਲੋ ਮੀ ਔਨ ਇੰਸਟਾਗ੍ਰਾਮ, ਸਬਸਕ੍ਰਾਈਬ ਮਾਈ ਯੂਟਿਊਬ ਚੈਨਲ। ਲੋ ਵੀ ਦੋਸਤੋ, ਟੈਟੂ ਸਾਡਾ ਕੰਪਲੀਟ ਹੈ, ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। Yo, it's your boy Cam Zing Zone with my homie boy, the one and only Manpreet Goni, the cricket player. So finally, sada tattoo complete ho chuka hai.
ਤੇ ਭਾਈ ਤੁਹਾਨੂੰ ਕਿੱਦਾਂ ਦਾ ਲੱਗਾ? ਬਹੁਤ ਵਧੀਆ ਲੱਗਾ, ਮਜ਼ਾ ਆ ਗਿਆ ਟੈਟੂ ਬਣਾ ਕੇ। ਤੇ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਅਜੇ ਟੈਟੂ ਵੀ ਬਣਾ ਸਕਦਾ। ਤੇ ਮੈਂ ਵੀ ਕਦੀ ਨਹੀਂ ਸੋਚਿਆ ਸੀ ਕਿ ਭਾਜੀ ਮੇਰੇ ਤੋਂ ਆ ਕੇ ਟੈਟੂ ਕਰਵਾਉਣਗੇ। ਸੋ ਫਾਈਨਲੀ ਸਾਡਾ ਟੈਟੂ ਕੰਪਲੀਟ ਹੋ ਚੁੱਕਿਆ। ਥੋੜ੍ਹਾ ਬਹੁਤ ਰਹਿੰਦਾ ਆ, ਭਾਜੀ ਹੋ ਰਿਹਾ ਲੇਟ, ਇਸ ਲਈ ਆਪਾਂ ਜਿਹੜੀ ਨੈਕਸਟ ਸਿਟਿੰਗ ਆ ਉਹ ਕਰਾਂਗੇ ਮੇ ਬੀ ਜਦੋਂ ਭਾਜੀ ਕੋਲ ਟਾਈਮ ਹੋਊਗਾ, ਕਿਉਂਕਿ ਭਾਜੀ ਦੇ ਹੁਣ ਮੈਚ ਸ਼ੁਰੂ ਹੋ ਰਹੇ ਆ। ਅਤੇ ਜਿੱਦਾਂ ਵੀ ਹੁਣ ਭਾਜੀ ਸਾਨੂੰ ਆਗਿਆ ਦੇਣਗੇ ਤਾਂ ਉੱਦਾਂ ਆਪਾਂ ਕਰਾਂਗੇ। ਅਤੇ ਸਾਡਾ ਮੇਨ ਮਕਸਦ ਭਾਜੀ ਇਕੱਲਾ ਟੈਟੂ ਦਿਖਾਉਣਾ ਆ, ਆਪਣੀ ਪ੍ਰਮੋਸ਼ਨ ਨਹੀਂ ਹੁੰਦਾ। ਸਾਡਾ ਮੇਨ ਮਕਸਦ ਕੀ ਸੀਗਾ ਅੱਜ ਦਾ ਕਿ ਇੱਕ ਕ੍ਰਿਕਟ ਪਲੇਅਰ ਸਾਡੇ ਕੋਲ ਆਇਆ ਹੋਇਆ ਅਤੇ ਉਹਦੀ ਜੋ ਲਾਈਫ ਦੀ ਥਿਊਰੀ ਆ ਜੋ ਆਪਾਂ ਉਹਨੂੰ ਐਜ਼ ਏ ਆਰਟ 'ਚ ਕਨਵਰਟ ਕੀਤਾ ਆ ਉਹ ਦੱਸਣਾ ਸੀਗਾ। ਸੋ ਇਸ ਵੀਡੀਓ ਦੇ ਵਿੱਚ ਇਹ ਪਹਿਲੀ ਵੀਡੀਓ ਆ ਜਿਹਦੇ ਵਿੱਚ ਆਪਾਂ ਬਹੁਤ ਗੱਲਾਂ ਕੀਤੀਆਂ ਹੋਈਆਂ। ਤੇ ਪਲੀਜ਼ ਦੇਖੋ ਯੂਟਿਊਬ 'ਤੇ, ਅਤੇ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ।